लुधियाना के वार्ड नंबर 14 के अधीन आते मोहल्ला न्यू कंपनी बाग करतार नगर अलग अलग इलाकों में पानी न आने से मोहल्ला निवासियों में हाहाकार मच गया है। लोगों ने रोक लगाया कि पीने के पानी को लेकर भारी परेशानी का सामना करना पड़ रहा है, लेकिन वार्ड काउंसिल द्वारा सुनवाई नहीं की जा रही। इस बारे में लोगों ने विधायक संजय तलवार के दफ्तर के आगे जाम लगा दिया, जिस पर मौके पर पहुंचे विधायक ने उनकी समस्या को सुना तथा जल्दी राहत देने की बात कही। ਭਾਜੀ ਸਾਡੇ 2-3 ਮਹੀਨੇ ਹੋ ਗਏ ਪਾਣੀ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ। ਇੱਕ ਤਾਂ ਅਸੀਂ ਟੈਂਕਰਾਂ ਤੋਂ ਇੰਨਾ ਮੁਸ਼ਕਲ ਪਾਣੀ ਭਰਦੇ ਹਾਂ, ਅੱਗੋ ਜੀ ਸਾਨੂੰ ਕਹਿੰਦੇ ਇਹਨਾਂ ਨੂੰ ਚਿੱਟੇ ਦਾ ਨਸ਼ਾ ਲੱਗ ਗਿਆ ਟੈਂਕਰਾਂ ਦਾ ਜੀ, ਟੈਂਕਰ ਸਾਨੂੰ ਇਹ ਟੈਂਕਰਾਂ ਤੋਂ ਬਿਨਾਂ ਰਹਿ ਨਹੀਂ ਸਕਦੇ। ਉੱਥੋਂ ਦੀ ਸਾਨੂੰ ਇਹ ਕਹਿੰਦੇ, ਅੱਜ ਜਿਹੜੇ ਇਕੱਠੇ ਹੋ ਗਏ ਉੱਥੇ ਕੌਂਸਲਰ ਇਕੱਠੇ ਹੋਏ ਹੋਏ ਸੀਗੇ, ਉੱਥੋਂ ਸਾਨੂੰ ਚਿੱਟੇ ਦਾ ਨਸ਼ਾ ਦੱਸਦੇ ਕਿ ਇਹਨਾਂ ਨੂੰ ਟੈਂਕਰਾਂ ਦਾ ਚਿੱਟੇ ਵਰਗਾ ਨਸ਼ਾ ਲੱਗਿਆ ਹੋਇਆ। ਪਾਣੀ ਤਾਂ ਭਾਈ 1.5-2 ਮਹੀਨੇ ਹੋ ਗਏ ਆ, ਅਸੀਂ ਬਹੁਤ ਪਰੇਸ਼ਾਨ ਆ ਪਾਣੀ ਤੋਂ। ਕੰਪਲੇਨ ਕਰਦੇ ਹਾਂ ਜੀ, ਜਦੋਂ ਕੋਈ ਲੀਡਰ ਜੀ ਆ ਜਾਂਦੇ ਆ ਉਦੋਂ 5-7 ਮਿੰਟ ਪਾਣੀ ਆ ਜਾਂਦਾ, ਜਦੋਂ ਹੀ ਉਹ ਜਾਂਦੇ ਆ ਪਾਣੀ ਫਿਰ ਬੰਦ ਹੋ ਜਾਂਦਾ। ਫੋਨ ਅਸੀਂ ਕਰਦੇ ਆ ਫੋਨ ਸਵਿਚ ਆਫ ਹੋ ਜਾਂਦੇ, ਜਾਂ ਸਾਡੇ ਫੋਨ ਨਹੀਂ ਚੱਕਦੇ, ਜਾਂ ਬਲੌਕ ਲਿਸਟ 'ਚ ਪੈ ਜਾਂਦੇ ਆ, ਜਾਂ ਕੁਛ ਵੀ ਇਸ ਤਰ੍ਹਾਂ। ਜਾਂ ਫਿਰ ਕਹਿ ਦਿੰਦੇ ਆ 6 ਮਹੀਨੇ, ਮੈਂ ਇੰਨੇ ਫੋਨ ਅਟੈਂਡ ਨਹੀਂ ਕਰ ਸਕਦਾ, 5 ਫੋਨ ਅਟੈਂਡ ਨਹੀਂ ਕਰ ਸਕਦੇ। ਚੰਡਾ ਸਾਹਿਬ ਨੇ ਕਿਹਾ 5 ਫੋਨ ਅਟੈਂਡ ਨਹੀਂ ਕਰ ਸਕਦੇ, ਤੁਸੀਂ ਇਸਤੀਫਾ ਦਿਓ। 1000 ਫੋਨ ਵੀ ਅਟੈਂਡ ਕਰਨੇ ਪੈਂਦੇ ਆ। ਹਾਂਜੀ, ਐਮਐਲਏ ਨੂੰ ਮਿਲੇ ਹੋ? ਐਮਐਲਏ ਨੂੰ ਅੱਜ ਮਿਲ ਕੇ ਆਏ ਆ। ਬਾਰੇ ਗੱਲ ਕਹੀ ਹੈ ਕਿ ਜੰਡਾ ਜੀ ਨੇ ਕਿਹਾ ਕਿ ਚਿੱਟੇ ਦਾ ਨਸ਼ਾ। ਹਾਂਜੀ ਜੀ, ਕਿਹਾ ਉਹਨਾਂ ਨੇ, ਕਿਹਾ ਉਹਨਾਂ ਨੇ ਉੱਥੇ ਕੀ ਕਹਿੰਦੇ? ਕਹਿੰਦੇ ਉਹਨਾਂ ਨੇ ਟੈਂਕਰਾਂ ਦਾ ਚਿੱਟੇ ਵਰਗਾ ਨਸ਼ਾ ਲੱਗਿਆ ਹੋਇਆ ਜੀ। ਨਹੀਂ, ਤੁਸੀਂ ਇਹਦੀ ਸ਼ਿਕਾਇਤ ਕੀਤੀ ਐਮਐਲਏ ਸਾਹਿਬ ਨੂੰ? ਉੱਥੇ ਸਾਰੇ ਇਕੱਠੇ ਬੈਠੇ ਸੀ, ਉਹਨਾਂ ਦੇ ਵਿੱਚ ਹੀ ਕਿਹਾ ਜੀ ਉਹਨਾਂ ਨੇ। ਅਸੀਂ ਚਾਹੁੰਦੇ ਕਿ ਸਾਡੀਆਂ ਮੋਟਰਾਂ 'ਚ ਪਾਣੀ ਆਏ, ਅਸੀਂ ਟੈਂਕਰਾਂ ਤੋਂ ਪਾਣੀ ਨਹੀਂ ਭਰ ਸਕਦੇ, ਪਾਣੀ ਪਿੱਛੇ ਸਾਡੇ ਟੈਂਕਰੀਆਂ 'ਚ ਲੜਾਈਆਂ ਹੋ ਰਹੀਆਂ ਇੱਕ ਦੂਜੇ ਪਿੱਛੇ, ਟੈਂਕਰਾਂ ਤੋਂ ਸਾਡੇ ਕੋਲ ਪਾਣੀ ਨਹੀਂ ਭਰਿਆ ਜਾਂਦਾ। ਅਗਰ ਰਾਤ ਨੂੰ ਪਾਣੀ ਦਿੰਦੇ ਆ 1-1.5 ਵਜੇ, ਅਸੀਂ ਸਾਰੀ ਰਾਤ ਨੂੰ ਪਾਣੀ ਦੀ ਕਰੀ ਜਾਈਏ। ਇਹਦਾ ਅਮਲਾ ਗਲਤ ਹੈ। ਹਾਂਜੀ, ਆਪਣੇ ਅਮਲੇ ਨੂੰ ਠੀਕ ਕਰਨ ਆਉਂਦੇ ਆ, ਪਾਣੀ ਆ ਜਾਂਦਾ, ਜਿਸੇ ਚੱਲ ਜਾਂਦਾ ਪਾਣੀ ਚੱਲ ਜਾਂਦਾ। ਕਿੰਨੀ ਦੇਰ ਤੋਂ ਹੋ ਰਿਹਾ ਹੈ? ਇੱਕ ਦਿਨ 2-3 ਮਹੀਨੇ ਤੋਂ। ਮੋਬਾਈਲ ਦੇ ਸਵਿਚ ਆਫ ਕਰਦੇ ਜੀ? ਹਾਂ ਹਾਂ, ਜਦ ਸਾਰੇ ਮੋਬਾਈਲ ਕਰਦੇ ਆ ਸਵਿਚ ਆਫ ਹੁੰਦਾ। ਨਹੀਂ ਦਿੱਕਤਾਂ ਦਾ ਦੇਖ ਲਓ ਵੀ ਬੱਚੇ ਦੇ ਜਿਹੜੇ ਪੋਲ ਸੀਗੇ ਉਹ ਟੁੱਟ ਗਏ, ਬਿਜਲੀ ਥੋੜਾ ਬਿਜਲੀ ਸਪਲਾਈ ਥੋੜਾ ਜਿਹਾ ਪ੍ਰੋਬਲਮ ਆ ਗਈ, ਉਹਦੇ ਕਰਕੇ 2-4 ਦਿਨ ਤੋਂ ਜਿਹੜੀ ਪਾਣੀ ਦੀ ਸਪਲਾਈ ਦੀ ਪ੍ਰੋਬਲਮ ਆ ਰਹੀ ਸੀ, ਲੇਕਿਨ ਜਲਦੀ ਹੀ ਇਹਦਾ ਸੋਲੂਸ਼ਨ ਹੋਣ ਜਾ ਰਿਹਾ। ਜਿਸ ਏਰੀਏ ਦੀ ਪ੍ਰੋਬਲਮ ਸੀ ਤਕਰੀਬਨ 19-25 ਤਰੀਕ ਦੇ ਵਿੱਚ, ਉੱਥੇ ਅਸੀਂ ਨਵਾਂ ਟਿਊਬਲ ਲਾਉਣ ਜਾ ਰਹੇ ਹਾਂ। 15 ਦਿਨ ਤੋਂ ਪ੍ਰੋਬਲਮ ਆ ਰਹੀ ਹੈ ਜਿਹਨਾਂ ਨੂੰ ਪਾਣੀ ਦੀ? ਹੋ ਸਕਦਾ 15 ਦਿਨ ਤੋਂ ਪ੍ਰੋਬਲਮ ਹੋਵੇ, ਕਿਉਂਕਿ ਇਹ ਬੇਸਿਕਲੀ ਜਿਹੜੀ ਪਾਣੀ ਦੀ ਸਪਲਾਈ ਹੈ, ਕਿਉਂਕਿ ਗਰਮੀ ਦਾ ਮੌਸਮ ਹੈ, ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਕਿ ਇਸ ਮੌਸਮ ਦੇ ਵਿੱਚ ਪਾਣੀ ਦੀ ਜਿਹੜੀ ਕੰਜਮਪਸ਼ਨ ਹੈ ਵੱਧ ਜਾਂਦੀ ਹੈ। ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੇ ਲੋਕ ਜਿਨ੍ਹਾਂ ਦੇ ਲਾਸਟ ਘਰ ਹੁੰਦੇ ਆ ਟੇਲ ਐਂਡ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਅਕਸਰ ਦਿੱਕਤਾਂ ਆਉਂਦੀਆਂ, ਲੇਕਿਨ ਇਹਦਾ ਮਸਲਾ ਅਸੀਂ ਜਲਦੀ ਹੱਲ ਕਰਨ ਜਾ ਰਹੇ ਹਾਂ। ਤੁਸੀਂ ਵੀ ਇੱਕ ਵਾਰੀ ਟਰਾਈ ਕਰ ਲੈਣਾ ਕੌਂਸਲ ਦਾ ਵੀ, ਮੇਰਾ ਵੀ ਜੇ ਨਹੀਂ ਚੱਕਾਂਗੇ ਤਾਂ ਫਿਰ ਤੁਸੀਂ ਵੀ ਕਰ ਸਕਦੇ ਹੋ ਗਿੱਲਾ, ਬਟ ਅਸੀਂ ਆਲਵੇਜ਼ ਅਵੇਲੇਬਲ ਹਾਂ, ਫੋਨ 'ਤੇ ਵੀ ਹਾਂ। ਔਰ ਜਿਹੜੇ ਲੋਕ ਇੱਥੇ ਲੇਡੀਜ਼ ਆਏ ਸੀ, ਅਗਰ ਤੁਸੀਂ ਉਹਨਾਂ ਦੀ ਗੱਲ ਸੁਣੀ ਹੋਵੇ ਤਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਤੁਹਾਡੇ ਫੋਨ ਚੱਕੇ ਜਾਂਦੇ ਆ, ਤੁਸੀਂ ਗੱਲ ਸੁਣਦੇ ਹੋ, ਔਰ ਜਦੋਂ ਤੁਸੀਂ ਆਉਂਦੇ ਹੋ ਪਾਣੀ ਆ ਜਾਂਦਾ। ਵੀ ਕਿਉਂ ਆ ਜਾਂਦਾ? ਅੱਜ ਸਾਡੀਆਂ ਟੀਮਾਂ ਉਹਨਾਂ ਇਲਾਕਿਆਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਟੀਮਾਂ ਘੁੰਮਣ ਜਾ। ਜਾਗਤੀ ਲੜਕੇ ਲਈ ਲੁਧਿਆਣਾ ਸੇ ਵਿਪਨ ਜਵਾਹਰ ਕੀ ਰਿਪੋਰਟ।